ਇਹ ਮਾਸ਼ਾਅੱਲਾ ਜੀ ਜ਼ਿੰਦਾਬਾਦ ਰੱਜ ਗਏ ਏ ਵਨ ਹੋ ਗਿਆ ਯਾਰੀ ਬੱਚੇ ਵੀ ਪੈ ਕੇ ਚੋਣ ਨਾ ਰੰਗਤ ਵੀ ਚੈੱਕ ਕਰਵਾ ਹੜਿਓ ਦੁੱਧੀ ਅਸਲਾਮੁ ਅਲੈਕੁਮ ਸਜਣੋ ਤੇ ਬੇਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਿਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜ ਜੁਮੇਰਾਤ ਦਾ ਤੇ ਇਸ ਟਾਈਮ ਫਹਰੇ ਸਿਆਲਕੋਟ ਦੇ ਨਾਮਵਰ ਨੌਜਵਾਨ ਤੇ ਜ਼ਿੰਦਾ ਦਿਲ ਵਪਾਰੀ ਉਸਾਮਾ ਬਾਜਵਾ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਉਸਾਮਾ ਬਾਜਵਾ ਸਾਹਿਬ ਇੱਕ ਦਫਾ ਫਿਰ ਆ ਗਏ ਨੇ ਤੇ ਛਾ ਗਏ ਨੇ ਮਿਹਨਤ ਕਰਕੇ ਦੋਸਤਾਂ ਵਾਸਤੇ ਚਾਰ ਖੂਬਸੂਰਤ ਅਸਲੀ ਤੇ ਨਸਲੀ ਝੋਟੀਆਂ ਲੈ ਕੇ ਆਏ ਨੇ ਜਿਨ੍ਹਾਂ 'ਚ ਮਾਸ਼ਾਅੱਲਾ ਜੀ ਇੱਕ ਖਾਂਗੜ ਝੋਟੀ ਵੀ ਮੌਜੂਦ ਹੈ ਇਸ ਤੋਂ ਇਲਾਵਾ ਤਿੰਨ ਗਾਵਾਂ ਦਾ ਵੀ ਸ਼ੋਅ ਕਰਵਾਵਾਂ ਦੇ ਕਮ ਅਜ਼ ਕਮ ਕੀਮਤ ਹੈ ਜੀ 1,50,000 ਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 13-14 ਕਿਲੋ ਦੁੱਧ ਵਾਲੇ ਜਾਨਵਰ ਵੀ ਮੌਜੂਦ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਵਾਉਣੀ ਹੈ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨਾ ਭਾਈ ਉਸਾਮਾ ਸਾਹਿਬ ਆਓ ਜੀ ਸਾਹਮਣੇ ਜੀ ਅਸਲਾਮੁ ਅਲੈਕੁਮ ਵਾਲੇਕੁਮ ਸਲਾਮ ਜੀ ਭਾਈ ਉਸਾਮਾ ਸਾਹਿਬ ਕੀ ਹਾਲ ਠੀਕ ਹੋ ਠੀਕ ਸ਼ੁਕਰ ਹੈ ਫਰਾਜ਼ ਸਾਹਿਬ ਤੁਸੀਂ ਸੁਣਾਓ ਅੱਲਾਹ ਪਾਕ ਦਾ ਬੜਾ ਸ਼ੁਕਰ ਉਹਦੀ ਜ਼ਾਤ ਦਾ ਬੜਾ ਕਰਮ ਹੈ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਬਾਹੂਬੀ ਵਾਕਫ ਨੇ ਸ਼ੌਕ ਅੱਛਾ ਕਰਵਾਉਂਦੇ ਹੋ ਕੁਛ ਗੈਪ ਆਇਆ ਸੀ ਵਿੱਚ ਤੁਹਾਡੀ ਕੋਈ ਮਸਰੂਫੀਅਤ ਹੋਣੀ ਹੈ ਦੋਸਤਾਂ ਨੂੰ ਫਿਰ ਆਪਣਾ ਤੇ ਆਪਣੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਪਹਿਲਾਂ ਦੋਸਤ ਭਰਾ ਵੀਡੀਓ ਦੇ ਅਸਲਾਮ ਅਲੈਕੁਮ ਤਸਵੀਰ ਪਸਰੂਰ ਜ਼ਿਲ੍ਹਾ ਸਿਆਲਕੋਟ ਗਾਉਂ ਚੌਂਕ ਫਲੋਰਾ ਚਬਾਰੇ ਰੋਡ ਦੇ ਉੱਤੇ ਜਿਹੜੇ ਆ ਭਗਵਾਲ ਤੋਂ ਦਿਆ ਤਰਫ 3 ਕਿਲੋਮੀਟਰ ਅਤੇ ਚਮੀਂਡੇ ਤੋਂ ਦਿਆ ਤਰਫ 3 ਕਿਲੋਮੀਟਰ ਸਲਾਮਤ ਭਾਜਪਾ ਸਾਹਿਬ ਦੇ ਨਾਮ ਦੇ ਮਸ਼ਹੂਰ ਡੇਰਾ ਚਬਾਰੇ ਰੋਡ ਦੇ ਉੱਤੇ ਜਿਹੜੇ ਆ ਸੱਜੇ ਹੱਥ ਚੌਂਕ 'ਚ 1 ਮਿੰਟ ਦਾ ਰਸਤਾ ਠੀਕ ਹੈ ਇਹ ਸਾਹਮਣੇ ਮੇਨ ਰੋਡ ਹੈ ਜੀ ਫਲੋਰੇ ਚੌਂਕ ਤੋਂ ਜਿਹੜਾ ਚਬਾਰਾ ਰੋਡ ਆ ਰਿਹਾ ਵੇ ਇਸ ਸਾਈਡ ਤੇ ਫਲੋਰਾ ਚੌਂਕ ਹੈ ਤਕਰੀਬਨ 1 ਮਿੰਟ ਦਾ ਰਸਤਾ ਜੀ ਮਜ਼ੀਦ ਭਾਈ ਯਾਰਾਂ ਦੇ ਨੰਬਰ ਸਕਰੀਨ ਤੇ ਆ ਰਹੇ ਨੇ ਦੋਸਤ ਕਾਲ ਕਰਕੇ ਰਾਬਤਾ ਕਰ ਸਕਦੇ ਨੇ ਗਾਵਾਂ ਤੋਂ ਸ਼ੁਰੂ ਕਰ ਲਈਏ ਹਾਂਜੀ ਬਾਸ ਸਾਹਿਬ ਖੜਾ ਕੀ ਅੱਜ ਅੱਜ ਇਨਸ਼ਾਅੱਲਾ ਤਾਲਾ ਪਤਾ ਲੱਗਣਾ ਚਾਹੀਦਾ ਕਿ ਉਸਾਮਾ ਮੈਦਾਨ 'ਚ ਆ ਗਿਆ ਇਨਸ਼ਾਅੱਲਾ ਆ ਗਿਆ ਤੇ ਛਾ ਗਿਆ ਚੱਸ ਕਰੋ ਹੜਨੀ ਦੋਸਤ ਮਾਸ਼ਾਅੱਲਾ ਜੀ ਵੈਰ ਨੰਬਰ 1 ਆ ਗਈ ਹੈ ਸੇਮ ਇੱਕ ਹੀ ਕਲਰ ਵਿੱਚ ਚਿਹਰਾ ਵੀ ਦੋਸਤਾਂ ਵੇਖ ਲੈਣਾ ਹੈ ਵੀ ਚੁੰਗੀ ਹੈ ਜੀ ਭਾਈ ਉਸਾਮਾ ਸਾਹਿਬ ਕਿਨਵਾ ਸੁਆ ਸੁਈ ਹੈ ਜੀ ਸਭ ਦੂਸਰਾ ਸੁਆ ਸੁਈ ਜੀ ਜਾ ਕੇ ਪਿੱਛੇ ਬੱਚੀ ਪਿੱਛੇ ਬੱਚੀ ਇਹ ਪਿੱਛੇ ਤੇ ਬੱਚੀ ਇਹ ਕਰਮ ਵਾਲੀ ਹੈ ਵੀ ਦੋ ਨੇ ਸੁਆ ਦੂਸਰਾ ਵੇ ਪਿਆਰਾ ਭਾਈ ਹਲਕੀ ਜੀ ਟੋਰ ਕੇ ਲਿਆਉਣੀ ਹੈ ਕਿਦੋਂ ਦੀ ਸੁਈ ਹੈ ਭਾਈ ਉਸਾਮਾ ਸਾਹਿਬ ਸਾਹਿਬ ਇਹਨੂੰ 1.5 ਮਹੀਨਾ ਹੋ ਗਿਆ ਜੀ ਸੁਈ ਨੂੰ 1.5 ਮਹੀਨਾ ਹੋ ਗਿਆ ਮਾਸ਼ਾਅੱਲਾ ਜੀ ਥਾਣੀ ਦੋਸਤਾਂ ਵੇਖ ਲੈਣੇ ਨੇ ਹਲਕੀ ਜੀ ਭਾਈ ਟੋਰਿਓ ਜੀ ਹਲਕਾ ਜਿਹਾ ਟੋਰ ਕੇ ਲਿਆਉਣਾ ਦੁੱਧ ਕਿੰਨਾ ਕਿਹਦੇ ਕੋਲ ਸਾਹਿਬ ਦੁੱਧ ਇਹਦੇ ਕੋਲ ਜਿਹੜਾ ਠੰਡਾ ਕਰਕੇ 10 ਕਿਲੋ ਜੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ ਜਾਂ ਚਵਾਈ ਚਵਾਈ ਦਾ ਜੀ ਭਾਈ ਲੰਮੀ ਟੋਰ ਕੇ ਲੈ ਚਲੋ ਜ਼ਿਆਦਾ ਅੱਗੇ ਖਿੱਚ ਲਿਓ ਜੀ ਭਾਈ ਲੰਮੀ ਟੋਰ ਕੇ ਲੈ ਚਲੋ ਜ਼ਿਆਦਾ ਅੱਗੇ ਖਿੱਚ ਲਿਓ ਇਹ ਮਾਸ਼ਾਅੱਲਾ ਜੀ ਤੁਹਾਨੂੰ ਦੋਸਤਾਂ ਫਿਰ ਵੇਖ ਲੈਣੇ ਨੇ ਜੀ ਕ੍ਰਾਸ ਬਰੀਡ ਹੈ ਤੇ ਗਰਮੀਆਂ ਦਾ ਤੋਹਫਾ ਜਿਹੜਾ ਦੁੱਧ ਇਨਸ਼ਾਅੱਲਾ ਉਹ ਵੀ ਫੈਟ ਵਾਲਾ ਹੋਏਗਾ ਸਾਹਿਬ ਦੁੱਧ ਵੀ ਮਈਆਂ ਵਾਂਗ ਰਹਿਦਾ ਚਿੱਟਾ ਹੋ ਜਾਏਗਾ ਠੀਕ ਹੈ ਜੀ ਭਾਈ ਉਸਾਮਾ ਸਾਹਿਬ ਕੀ ਰੇਟ ਹੈ ਜੀ ਵੈਡ ਨੰਬਰ 1 ਦਾ ਸਾਹਿਬ ਇਹ ਨੰਬਰ 1 ਦਾ ਰੇਟ 2,60,000 2,60,000 2,60,000 ਕੀਮਤ 2,50,000 ਹੋ ਗਈ ਜੀ ਖਿਲਾਰ ਭਾਈ ਜਾਨ ਅੱਗੇ ਆ ਗਈ ਮਾਸ਼ਾਅੱਲਾ ਜੀ ਵੈਰ ਨੰਬਰ 2 ਵੇ ਹੈ ਨਸਲੀ ਹੈ ਲੇਕਿਨ ਇਹ ਲਿਸੀ ਹੈ ਕਮਜ਼ੋਰ ਹੈ ਥੋੜ੍ਹੀ ਬਾਈ ਖਿਲਾ ਰਹੇ ਉੱਥੇ ਜ਼ਰਾ ਜਸਾਮਤ ਪਿਆਰੀ ਹੈ
ਇਹ ਵੀ ਝੁੰਗੀ ਹੈ, ਕੰਨ ਛੋਟੇ ਨੇ, ਜਰਸੀ ਕਰਾਸ ਵਿੱਚ ਬਾਈ ਇਹਦਾ ਚਿਹਰਾ ਸਾਹਮਣੇ ਕਰਨਾ ਜੀ, ਮੱਥੇ 'ਚ ਬੈਂਡ ਵੀ ਹੈ, ਚਿਹਰਾ ਦੋਸਤਾਂ ਵੇਖ ਲੈਣਾ ਜੀ। ਬਾਈ ਉਸਾਮਾ ਸਾਹਿਬ ਕਿੰਨਵਾਂ ਸੁਭਾਅ ਸੂਈ ਹੈ ਜੀ? ਸੁਭਾਅ ਦੂਸਰਾ ਮਾਸ਼ਾ ਜੀ। ਜਾਇਆ ਨਾ ਕਰਿਓ, ਇਹ ਚੈੱਕ ਕਰੋ, ਟੂ ਵਾਲੀ ਚਲਾ ਹੜਿਆ ਜੀ, ਮਾਰੋਗੇ ਦੋ ਚਾਰ ਧਾਰਾਂ, ਸਾਰਾ ਦੋਸਤਾਂ ਚੈੱਕ ਕਰਵਾਓ ਹੁਣ। ਇਹ ਮਾਸ਼ਾ ਜੀ ਜ਼ਿੰਦਾਬਾਦ, ਏ ਵਨ ਹੋ ਗਿਆ, ਰੰਗਤ ਵੀ ਚੈੱਕ ਕਰਵਾ ਹੜਿਓ, ਦੁੱਧ ਲੱਤ ਵੀ ਨੀ ਚੁੱਕਣੀ। ਤੋਰ ਭਾਈ ਜਾਨ ਕਿੰਨਵਾਂ ਸੁਭਾਅ ਸੂਈ ਹੈ ਜੀ? ਇਹ ਵੀ ਸਾਊ ਹੈ, ਕਾਲੇ ਸੋਹਣੇ ਮੁੱਠੀ ਥਾਨ ਲੱਗੇ ਨੇ ਮਾਸ਼ਾਅੱਲਾ ਜੀ, ਜਰਸੀ ਕਰਾਸ ਵਿੱਚ ਸੁਭਾਅ ਦੂਸਰਾ ਹੋਵੇ ਮਾਸ਼ਾਅੱਲਾ ਜੀ। ਦਿਨ ਕਿੰਨੇ ਕੁ ਹੋ ਗਏ ਨੇ ਸੋਇਆ? ਬਾਈ ਜਾ ਅੱਗੇ ਕੱਢ ਲਿਆ ਕਰੋ, ਜ਼ਰਾ ਟੋਰਿਆ ਕਰੋ, ਪਤਾ ਕਿੱਦਣ ਦੀ ਸੂਈ ਹੈ ਬਾਈ ਉਸਾਮਾ ਸਾਹਿਬ? ਲਿਆਓ ਬਾਈ ਪਰਤਾ ਕੇ, ਬਾਈ ਕੁ ਦਿਨ ਹੋ ਗਏ ਨੇ, ਦੁੱਧ ਕਿੰਨਾ ਕਿਹਦੇ ਕੋਲ? ਦੋਵਾਂ ਟਾਈਮਾਂ ਦਾ ਬਾਈ ਜਾ ਅੱਗੇ ਕਰਵਾਓ, ਉਹਦੇ ਤਾਂ ਮਜ਼ਾ ਹੈ, ਤਾਂ ਇੰਜ ਨਹੀਂ ਮਜ਼ਾ ਆਉਣਾ। ਇਹ ਪਿੱਛੇ ਬੱਚਾ ਜੀ, ਮਾਸ਼ਾਅੱਲਾ ਜੀ, ਜਿਹੜਾ ਦੁੱਧ ਸਿਆ ਜੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ, ਲੈ ਚਲੋ ਬਾਈ ਜਾਨ 10 ਕਿਲੋ, 12 ਕਿਲੋ, 11 ਕਿਲੋ, ਨਹੀਂ ਝੂਠ ਨਹੀਂ ਬੋਲਣਾ ਤੁਹਾਨੂੰ, 10 ਕਿਲੋ ਦੋ। ਏ ਵਨ ਹੋ ਗਿਆ ਮਾਸ਼ਾਅੱਲਾ ਜੀ, ਜਿੰਨੀ ਗਰਮੀ ਦਾ ਮੌਸਮ ਹੈ 10 ਕਿਲੋ ਕਿਹੜਾ ਥੋੜਾ ਵੇ, ਪਿੱਛੇ ਦੇ ਬੱਚਾ ਵੇ, ਤਕਰੀਬਨ 20 ਬਾਈ ਦਿਨ ਹੋ ਗਏ ਨੇ ਸੁਭਾਅ ਦੂਸਰਾ ਸੂਈ ਹੈ। ਜਰਸੀ ਕਰਾਸ ਵਿੱਚ ਕੀ ਰੇਟ ਹੈ ਜੀ ਬਾਈ ਉਸਾਮਾ ਸਾਹਿਬ ਦਾ? ਰਾਸ ਸਾਹਿਬ ਇਹਦਾ ਰੇਟ 2,50,000, 2,50 ਦਾ ਵੀ, 2,50 ਦਾ, 5 ਡਾਊਨ ਕਰ, 2,45,000, ਇਹਦਾ 2,45 ਹੋ ਗਿਆ ਜੀ, 5,000 ਮਜ਼ੀਦ ਲੈਸ ਹੋ ਗਿਆ, ਨਸਲੀ ਹੈ, ਨਸਲ ਦਾ ਰੇਟ ਹੈ ਜਿਹੜਾ ਦੋਸਤ ਸਾਹਮਣੇ, ਇਹਦਾ ਮਾਸ਼ਾਅੱਲਾ ਜੀ ਚੀਜ਼ ਨਸਲੀ ਹੈ, ਕੀਮਤ 2,45,000। ਅੱਗੇ ਬਾਈ ਲਿਆਓ ਜੀ ਨੰਬਰ 3 ਵਾਲੀ, ਅੱਗੇ ਆ ਗਈ ਮਾਸ਼ਾਅੱਲਾ ਜੀ ਨੰਬਰ 3 'ਤੇ, ਖਾਂਗੜੇ, ਹਾਂਜੀ ਭਰਾ ਸਾਹਿਬ ਖਾਂਗੜ ਬਾਈ ਖਿਲਾ ਰਹੇ ਜੀ, ਇਹ ਖਾਂਗੜੇ ਚਿਹਰਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਇਹ ਵੀ ਝੁੰਗੀ ਹੈ, ਕਾਲੇ ਥਣ ਲੱਗੇ ਨੇ, ਨੰਬਰ ਆ ਗਈ 3 'ਤੇ, ਸੁਭਾਅ ਕਿੰਨਵਾਂ ਸੂਈ ਹੈ? ਸਾਹਿਬ ਦੂਸਰਾ ਸੁਭਾਅ ਸੂਈ ਹੈ, ਇਹ ਵੀ ਤਿੱਲੜੇ, ਇਹ ਵੀ ਤਿੱਲੜੇ, ਇੱਕ ਤੁਹਾਨੂੰ ਦੋ ਬਹਿਣੀ ਵਾਲਾ ਪਿਛਲਾ, ਹਾਂਜੀ ਬਹਿਣੀ ਵਾਲਾ ਪਿਛਲਾ, ਤੁਹਾਨੂੰ ਤਿੱਲਰੇ ਧਾਰਾਂ ਹੁੰਦੀਆਂ ਨੇ, 5-6 ਧਾਰਾਂ ਹੁੰਦੀਆਂ ਨੇ, ਉਹਦੇ 10 ਕਿਲੋ ਦੁੱਧ ਹੁੰਦਾ। ਠੀਕ ਹੈ, ਹੁਣ ਸੁਭਾਅ ਦਾ ਦੂਸਰਾ ਦੱਸਿਆ, ਦੁੱਧ ਕਿੰਨਾ ਕਿਹਦੇ ਕੋਲ? ਦੁੱਧ ਇਹਦੇ ਕੋਲ ਫਰਾਜ਼ ਸਾਹਿਬ ਜਿਹੜਾ ਪੱਕਾ ਦੁੱਧ 8 ਕਿਲੋ ਦੁੱਧ ਹੈ, 8 ਕਿਲੋ ਭਾਰੇ ਤੇ ਮਿਲਦੀ ਦੋਵੇਂ ਟਾਈਮ, ਚੰਗੇ ਤੋਂ ਬਗੈਰ ਚ ਉਹ ਵੀ ਸੀਲ ਸਕਦੇ, ਇਹ ਵੀ ਸਾਊਵੇ ਚੁਆਈ ਦੋਵੇਂ ਟਾਈਮ ਭਾੜੇ ਤੇ ਦੁੱਧ 8 ਕਿਲੋ ਵੇ। ਦੇਖੋ ਕਿਨਾਂ ਦਾ, ਮੈਂ ਤਾਂ ਇੱਥੇ ਬੋਲਾ ਝੂਠ ਆਖਿਆ ਨਹੀਂ, ਤਾਜ਼ੀ ਸੂਈ ਹੈ, ਆ ਕਈ ਘਰ ਦੇ ਵਿੱਚ ਮਹੀਨੇ ਦੂਧ ਦੀ ਸੂਈ ਹੈ, 4 ਮਹੀਨੇ ਹੋ ਗਏ ਨੇ ਪੂਰੇ ਸੂਈ ਨੂੰ, ਮੈਂ ਤਾਂ ਹੁਣ ਤਾਜ਼ੀ ਕਰਕੇ ਵੇਚ ਲਾ, ਕੱਲ ਨੂੰ ਜਦੋਂ ਕਿਸੇ ਦੋਸਤ ਭਰਾ ਘਰ ਜਾਣੀ ਮਾਰੇ ਬੰਦੇ ਜਦੋਂ ਲੈਣੀ ਹੈ, ਉਹਨੇ ਫਿਰ ਕੱਲ ਬਾਤ ਵੈ ਦੇਣੀ ਯਾਰ, ਉਸਾਮਾ ਸਾਹਿਬ ਨੇ ਆਖਿਆ ਯਾਰ ਤਾਜ਼ੀ ਸੂਈ ਹੈ, ਅਤੇ ਉਹ 4 ਮਹੀਨੇ ਅੱਗੂ ਜਾ ਕੇ ਮਹੀਨਾ ਡੇਢ ਦੋ ਦੇ ਬਸ ਘਰ 'ਚ ਰਹੇ, ਲੇਕਿਨ ਨਹੀਂ ਜੇ ਉਹ ਹੈ ਵੀ ਉਹ ਦੱਸਣਾ ਚਾਹੀਦਾ। ਜ਼ਿੰਦਾਬਾਦ, ਏ ਵਨ ਹੋ ਗਿਆ ਭਾਈ ਉਸਾਮਾ, ਮਾਸ਼ਾਅੱਲਾ ਜੀ, ਨੀਅਤ ਅੱਛੀ ਹੈ, ਸੋਚ ਅੱਛੀ, ਬਾਈ ਖਿਲਾ ਰਹੇ ਹੋ, ਚਿਹਰਾ ਵੀ ਦੋਸਤਾਂ ਵੇਖ ਲੈਣਾ, 4 ਮਹੀਨੇ ਹੋ ਗਏ, 8 ਕਿਲੋ ਜੀ, ਠੀਕ ਹੈ, ਦੁੱਧ 8 ਕਿਲੋ ਵਿੱਚ ਚੁਆਈ ਦੋਵੇਂ ਟਾਈਮ ਪਾੜੇ ਤੇ, ਬਹਿਣੀ ਵਾਲਾ ਪਿਛਲਾ ਥਣ ਤਿੱਲੜੇ, ਕੁਛ ਧਾਰਾਂ ਆਉਂਦੀਆਂ ਨੇ, ਠੀਕ ਹੈ, ਕਰਾਸ ਹੋਈ ਅੱਗੂ ਕਿ ਨਹੀਂ? ਨਹੀਂ ਕਰਾਸ ਨਹੀਂ ਹੋਈ, ਐਵੇਂ ਗੱਲ ਤੇ ਬਿਆਨੀ ਤੁਹਾਡੇ ਨਾਲ ਕਰਨੀ, ਕਰਾਸ ਨਹੀਂ ਹੋਈ ਜੀ, ਬਿਹਤਰ ਹੋ ਗਿਆ, ਲੈ ਚਲੋ ਭਾਈ ਜਾਨ, ਆਓ ਜੀ ਭਾਈ ਉਸਾਮਾ ਸਾਹਿਬ ਦੇ, ਤੁਸੀਂ ਕਰੋ ਜ਼ਰਾ ਖੜਾ, ਕੀ ਰੇਟ ਹੈ ਜੀ ਵੈਡ ਨੰਬਰ 3 ਦਾ? ਕਰਾਸ ਸਾਹਿਬ ਵੈਡ ਨੰਬਰ 3 ਦਾ ਰੇਟ 1,50,000, 1,50,000, ਦੁੱਧ 8 ਕਿਲੋ, ਦੁੱਧ 8 ਕਿਲੋ ਜੀ, ਬਿਹਤਰ ਹੋ ਗਿਆ, ਏ ਵਨ ਹੋ ਗਿਆ ਮਾਸ਼ਾਅੱਲਾ ਜੀ, ਕੀਮਤ 1,50,000। ਭਾਈ ਉਹ ਪਰਲੀ ਸਾਈਡ ਤੋਂ ਸ਼ੁਰੂ ਕਰਿਓ ਝੋਟੀਆਂ, ਆਓ ਜੀ ਭਾਈ ਉਸਾਮਾ ਸਾਹਿਬ, ਝੋਟੀ ਨੰਬਰ 1 ਖਾਂਗੜੇ ਜੀ, ਹਾਂਜੀ ਭਰਾ ਸਾਹਿਬ ਖਾਂਗੜ ਜੀ, ਠੀਕ ਹੈ, ਕਿੰਨਵਾਂ ਸੁਆ ਜੀ ਇਹਦਾ? ਦੂਸਰਾ ਸੁਆ ਜੀ ਇਹਦਾ, ਸੁਭਾਅ ਦੂਸਰਾ ਮਾਸ਼ਾਅੱਲਾ ਜੀ, ਚੰਗੀ ਜਸਾਮਤ ਦੀ ਪਹਿਲਾਂ ਚੀਜ਼ ਬਾਈ ਜਦੋਂ ਤਿਆਰ ਹੋਈ ਸੀ ਨਾ, ਥੱਲੇ ਨੇ ਮੈਦਾਨ ਹੀ ਲਾ ਦਿੱਤਾ ਸੀ, ਅੱਗੇ ਪਿੱਛੇ ਨਿਕਲਿਆ ਤਾਂ ਕੋਈ ਬੈਠਾ ਨਹੀਂ ਜਾਂਦਾ, ਕੋਈ ਨਸਲੀ ਚੀਜ਼ ਹੈ ਬਾਈ, ਖਿਲਾ ਰਹੇ ਜੀ ਖਾਂਗੜੇ, ਹਾਂਜੀ ਫੱਗੀ ਮੋਚੇ, ਕਾਲੀਆਂ ਖਾਨੇ, ਇਹ ਵੀ ਅਸਲੀ ਤੇ ਨਸਲੀ ਖਾਂਗੜੇ, ਜਿਹੜਾ ਵੀ ਦੋਸਤਾਂ ਵੇਖ ਲੈਣਾ, ਜਾ ਵੀ ਹੈ ਮਗਰ, ਹਾਂਜੀ ਪਿੱਛੇ ਕੱਟਾ, ਇਹ ਪਿੱਛੇ ਦੇ ਕੱਟਿਆ ਮਾਸ਼ਾਅੱਲਾ ਜੀ, ਜਾਲ ਕਰ ਰਿਹਾ ਟੋਰ ਕਿਲੋ ਰਾਥੂ, ਜ਼ਰਾ ਥੋੜੀ ਜਿਹੀ ਤਸੱਲੀ ਕਰਵਾ ਲਿਓ, ਸੁਭਾਅ ਕਿੰਨਵਾਂ ਸੂਈ ਹੈ ਜੀ? ਸਾਹਿਬ ਦੂਸਰਾ ਸੁਭਾਅ ਸੂਈ ਜੀ, ਰਵੇਲ ਕਾਫੀ ਹੈ, ਬਾਡੀ ਸਕੋਰ ਚੰਗਾ ਵੇ, ਸਾਨੂੰ ਦੋਸਤਾਂ ਵੇਖ ਲੈਣੇ ਨੇ, ਸੁਭਾਅ ਦੂਸਰਾ ਵੇ, ਦੁੱਧ ਕਿੰਨਾ ਕਿਹਦੇ ਕੋਲ? ਸਾਹਿਬ ਦੁੱਧ ਦੇ ਕੋਲ ਜਿਹੜਾ ਪੱਕਾ ਦੁੱਧ ਦੇ ਨਾਲ 7 ਕਿਲੋ ਜੇ, 7 ਕਿਲੋ,
ਚੁੰਦੇ ਜਾਨ ਨੂੰ ਤੇ ਨਹੀਂ ਬੁਲਾਉਂਦੇ ਹੋਣੇ ਹੁਣ? ਨਹੀਂ ਜਾਨ ਨੂੰ ਪਿਆਜਦਾ ਨਹੀਂ ਬਣਵਾਈਦਾ ਤੇ ਠੰਡਾ ਕਰਕੇ 7 ਕਿਲੋ ਬੰਗੇ ਉਹਦੇ ਬਗੈਰ ਹੀ ਉਹਨੂੰ ਸੋਣਾ ਬੰਗਾ ਨਹੀਂ ਲੈਂਦੀ ਸੀ ਉਸੋ ਭਰੀਏ ਇਹ ਵੀ ਸਾਹ ਹੋਵੇ ਯਾਨੀ ਕਿ ਜਾ ਤੇ ਪਸਵਾ ਕੇ ਦੁੱਧ 7 ਕਿਲੋ ਹੈ ਸਵਾ ਦੂਸਰਾ ਸੂਈ ਹੈ ਭਾਈ ਲਿਆਓ ਕੱਟਾ ਇਹ ਪਿੱਛੇ ਤੇ ਕੱਟਾ ਜਾ ਵੀ ਦੋਸਤਾਂ ਵੇਖ ਲੈਣਾ ਝੋਟੀ ਨੰਬਰ 1 ਲਿਆਓ ਭਾਈ ਜਨ ਕ੍ਰਾਸ ਹੋਈ ਹੈ ਨਹੀਂ ਭਰਾ ਸਾਹਿਬ ਕ੍ਰਾਸ ਨਹੀਂ ਠੀਕ ਹੈ ਦੁੱਧ ਦੀ ਦੁੱਧ ਤੇ ਪਿੱਛੇ ਤੇ ਜਾ ਕੱਟਾ ਮਾਸ਼ਾਅੱਲਾ ਜੀ 7 ਕਿਲੋ ਦੁੱਧ ਦੇ ਬਰੀਕ ਚਮੜੀ ਹੈ ਨੰਬਰ 1 ਤੇ ਜਾ ਕਰਵਾਈ 18 ਸੋਨੇ ਮੁੱਠੀ ਲੱਗੇ ਨੇ ਬਾਡੀ ਸਕੋਰ ਵੀ ਚੰਗਾ ਪੁੱਠਾ ਵੀ ਦੋਸਤਾਂ ਵੇਖ ਲੈਣਾ ਵੇ ਆਓ ਜੀ ਭਾਈ ਉਸਾਮਾ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 1 ਦਾ ਫਿਰ ਕੈਮਰੇ ਤੋਂ ਡਰਦੀ ਫਿਰ ਤੰਗ ਨੀ ਕਰਨਾ ਮਾਸ਼ਾਅੱਲਾ ਜੀ ਨੰਬਰ ਆ ਗਈ ਹੈ ਦੋ ਸਕੂਨਾ ਭਾਈ ਸਿੰਘ ਦੋਵੇਂ ਹਿਲਦੇ ਨੇ ਮਾਸ਼ਾਅੱਲਾ ਜੀ ਚੰਗੀ ਬਰੀਕੀ ਵਿੱਚ ਰਵੇਲ ਦੀ ਕਾਫੀ ਹੈ ਪੂਰੀ ਕਬੂਤਰੀ ਹੈ ਹਲਕਾ ਜਿਹਾ ਭਾਈ ਬੋਲਾ ਕਰੋ ਜੀ ਥਾਣੀ ਵੀ ਸੋਹਣੇ ਪਾਵਰਫੁਲ ਲੱਗੇ ਨੇ ਕਿੰਨਵਾਂ ਸੁਆ ਸੂਈ ਹੈ ਜੀ ਪਹਿਲਨ ਸ਼ਾਨਦਾਰ ਅਸਲੀ ਤੇ ਨਸਲੀ ਹੈ ਵੀ ਮੀਨੀ ਹਲਕਾ ਜਿਹਾ ਭਾਈ ਟੋਲ ਕੇ ਲਿਆਉਣਾ ਜੀ ਕਿਦੋਂ ਦੀ ਸੂਈ ਹੈ 25-26 ਦਿਨ ਹੋ ਗਏ ਨੇ 25-26 ਦਿਨ ਹੋ ਗਏ ਨੇ ਜ਼ਿਆਦਾ ਨਹੀਂ ਜਾ ਮਰ ਗਿਆ ਜੇ ਭਾਰੇ ਤੇ ਮਿਲਦੀ ਮੈਂ ਐਵੇਂ ਤੁਹਾਡੇ ਨਾਲ ਗੱਲ ਪਹਿਲੋ 10 ਦਿਨ ਮੈਂ ਟੀਕੇ ਤੇ ਝੁੰਦਾ ਰਿਹਾ ਅੱਛਾ ਹੁਣ ਅਜੇ 8-9 ਦਿਨ ਹੋ ਗਏ ਨੇ ਭਾਰੇ ਤੇ ਮਿਲਦੀ ਬੰਗਾ ਨਹੀਂ ਲੈਣਾ ਚੋਕਰ ਸੁੱਟ ਕੇ ਥੱਪ ਮਾਰ ਕੇ ਬਾਈ ਝੋਟੀ ਥੱਲੇ ਤੇ ਰਹਿਣੇ ਕਿ ਨਾਲ ਪਸਮ ਬੈਨ ਉਹ ਛੜਿਆ ਮੈਨੂੰ ਝੂਲੋ ਇਹ ਵਨ ਹੋ ਗਿਆ ਦੀ ਪਸਮ ਤੇ ਮਾਸ਼ਾਅੱਲਾ ਟਾਈਮ ਭਾਰੇ ਤੇ ਠੀਕ ਹੈ ਹੁਣ ਚੁਆਈ ਦੋਵੇਂ ਟਾਈਮ ਭਾੜੇ ਤੇ ਚੜਦੀ ਜੇ ਨਿੰਬੂ ਨੂੰ ਨਹੀਂ ਚੋਰੀ ਦਾ ਇੰਜ ਥਲੂ ਨੂੰ ਚੜਦੀ ਹੈ ਤਿੰਨੇ ਝੋਟੀਆਂ ਜਿਹਨੂੰ ਚੜਦੀ ਜੇ ਨਿੰਬੂ ਨੂੰ ਚੋਰੀ ਦਾ ਇਹ ਵਨ ਹੋ ਗਿਆ ਉਹੀ ਦਿੰਦੀਆਂ ਜਿਹੜਾ ਥਲੂ ਨੂੰ ਚਰਨ ਬਣਾ ਕੇ ਚੱਡਾ ਚਾਰਨ ਆ ਬਿਲਕੁਲ ਜੀ ਜਿਹੜਾ ਚੋ ਕੇ ਵੀ ਹੁੰਜੀ ਰਹਿਣਾ ਤੇ ਨਾ ਚੋ ਫੇਰ ਵੀ ਉਹਨਾਂ ਦੁੱਧ ਨਹੀਂ ਦੇਣਾ ਉਹਨਾਂ ਦਾ ਜਿਹੜਾ ਲਿਬਾਸ ਸੀ ਉਹ ਮਾਸ ਵਾਲਾ ਹੁੰਦਾ ਲਿਬਾਸ ਵਾਲਾ ਇਹ ਜਦੋਂ ਯਾਨੀ ਕਿ ਚੁਆਈ ਹੋਣੀ ਹੈ ਜਿਹਨੇ ਨਿਚੜ ਜਾਣਾ ਵੇ ਉਹੀ ਝੋਟੀ ਨਸਲੀ ਹੋਣੀ ਹੈ ਚਾਹੇ ਝੋਟੀ ਹੋਏ ਤੇ ਚਾਹੇ ਗਾਂ ਹੋਏ ਤੋਰੇ ਭਾਈ ਜਾਨ ਕਾਲੀਆਂ ਅੱਖਾਂ ਨੇ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਹੈ ਦੁੱਧ ਕਿੰਨਾ ਕੇ ਭਾਈ ਸਾਮਾ ਦੇ ਕੋਲ ਸਭ ਦੋਧਿਆਂ ਦੇ ਕੋਲ ਜਿਹੜਾ ਜਿਹੜਾ ਇਸ ਟਾਈਮ 12 ਕਿਲੋ ਦੁੱਧ ਦੋਵਾਂ ਟਾਮਾਂ ਦਾ ਟੋਟਲ ਯਾਨੀ ਕਿ ਹੁਣ ਚੋਣੇ ਚੋਣਾ ਲੈ ਚਲੋ ਭਾਈ ਜਾਨ ਜ਼ਿਆਦਾ ਮਰ ਗਿਆ ਦਿਨ ਤਕਰੀਬਨ 5 ਕੀ ਦੱਸੇ ਜੇ ਹਾਂਜੀ ਸੁਬਾ ਪਹਿਲਾਂ ਸੂਈ ਹੈ ਨੰਬਰ 2 ਤੇ ਚੈੱਕ ਕਰਵਾਉਂਦੇ ਆ ਫਿਰ ਕੈਮਰੇ ਦੁਆਰਾ ਡਰਦੀ ਵੀ ਝੋਟੀ ਆ ਸੋਹਣੀ ਪਹਿਲਾਂ ਹੋ ਕੇ ਸਾਨੂੰ ਬੜੇ ਸੋਹਣੇ ਲੱਗੇ ਨੇ ਪੁੱਠਾ ਵੀ ਦੋਸਤਾਂ ਵੇਖ ਲੈਣਾ ਆਓ ਜੀ ਭਾਈ ਉਸਾਮਾ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 2 ਦਾ ਝੋਟੀ ਦਾ ਜਾ ਹੁੰਦਾ ਤੇ 4.5 ਲੱਖ ਦੀ ਝੋਟੀ ਹੀ ਦਿੰਦੀ ਹੈ ਸੀਲ ਸਾਹੂ ਵੀ ਹੁੰਦੇ 4,20,000 ਦੀ 4,20,000 ਜੀ ਬਿਹਤਰ ਹੋ ਗਿਆ ਕਿ ਭਾਈ ਲਿਆਓ ਜੀ ਨੰਬਰ 3 ਵਾਲੀ ਨੰਬਰ 2 ਤੇ ਚੈੱਕ ਕਰਵਾਈਏ ਕੀਮਤ ਡਿਮਾਂਡ 4,20,000 ਆਇਓ ਜਰਾ ਤੇ ਜਾ ਵੀ ਕੋਲ ਜਰਾ ਆਈਸੀ ਹੋਈ ਹੈ ਸਰ ਕਿੰਨਵਾਂ ਸੁਆ ਸੂਈ ਹੈ ਜੀ ਰਾਜ ਸਾਹਿਬ ਦੂਸਰਾ ਸੁਆ ਸੂਈ ਜੀ ਸੁਆ ਦੂਸਰਾ ਸੂਈ ਹੈ ਪਿੱਛੇ ਤੇ ਕੱਟਾ ਹਾਂਜੀ ਕਿਦਾਂ ਦੀ ਸੂਈ ਹੈ ਅੱਜ ਇਹਨੂੰ ਸੂਈ ਨੂੰ ਕੋਈ 7-8 ਦਿਨ ਜੇ 7-8 ਦਿਨ ਹੋ ਗਏ ਨੇ ਮਾਸ਼ਾਅੱਲਾ ਜੀ ਸੁਆ ਦੂਸਰਾ ਵੇ ਫੜਿਓ ਭਾਈ ਜਰਾ ਜਾ ਲਿਆਇਓ ਗੇ ਇਹ ਮਾਸ਼ਾਅੱਲਾ ਜੀ ਕੱਟਾਂ ਵੀ ਦੋਸਤਾਂ ਵੇਖ ਲੈਣਾ ਜਾ ਕੇ ਕਰਿਓ ਜਰਾ ਹਲਕਾ ਜਿਹਾ ਭਾਈ ਟੋਰਨਾ ਵੇ ਥੋੜ੍ਹਾ ਜਿਹਾ ਚੱਕਰ ਲਵਾ ਕੇ ਲੈਣਾ ਬਿੱਲੀਆਂ ਅੱਖਾਂ ਨੇ ਚਿਹਰਾ ਵੀ ਦੋਸਤਾਂ ਵੇਖ ਲੈਣਾ ਨੰਬਰ 3 ਤੇ ਚੈੱਕ ਕਰਵਾਉਂਦੇ ਆ ਫਿਰ ਬਰੀਕ ਚਮੜੀ ਹੈ ਦੁੱਧ ਕਿੰਨਾ ਕਿਹਦੇ ਕੋਲ ਸਾਹਿਬ ਦੁੱਧ ਦੇ ਕੋਲ ਇਸ ਟਾਈਮ 13 ਕਿਲੋ ਜੇ ਦੋਵਾਂ ਟਾਈਮਾਂ ਦਾ ਟੋਟਲ ਜਿਹੜਾ ਬੱਚੇ ਸਮੇਤ ਦੁੱਧ ਦੇ 13 ਕਿਲੋ ਵੇ ਸੁਬਾ ਦੂਸਰਾ ਵੇ ਪੁੱਠਾ ਵੀ ਦੋਸਤਾਂ ਵੇਖਣਾ ਵੇ ਦਿਨ ਤਕਰੀਬਨ 7-8 ਹੋ ਗਏ ਨੇ ਪਿੱਛੇ ਦੇ ਕੱਟਾ ਵੇ ਲਿਆਓ ਭਾਈ ਪਰਤਾ ਕੇ ਜ਼ਰਾ ਇਹ ਮਾਸ਼ਾਅੱਲਾ ਜੀ ਜਾ ਵੀ ਦੋਸਤਾਂ ਵੇਖ ਲੈਣਾ ਬਾਈ ਜਾਨ ਲਿਆਓ ਜੀ ਬੱਗੀ ਮੋਛੇ ਬਿੱਲੀਆਂ ਅੱਖਾਂ ਦੋਵਾਂ ਅੱਖਾਂ ਦੀ ਰੰਗਤ ਵੀ ਸੇਮ ਲੈ ਚਲੋ ਭਾਈ ਪੁੱਲੀ ਜੀ ਮਾਸ਼ਾਅੱਲਾ ਜੀ ਮੁਕੰਮਲ ਨਜ਼ਾਰਾ ਦੋਸਤਾਂ ਕਰਨਾ ਵੀ ਅਤੇ ਥਾਣਵੀ ਚੈੱਕ ਕਰ ਲੈਣਾ ਜੀ ਜੀ ਭਾਈ ਉਸਾਮਾ ਸਾਹਿਬ ਕੀ ਰੇਟ ਹੈ ਜੀ ਝੋਟੀ ਨੰਬਰ 3 ਦਾ ਰਾਜ ਸਾਹਿਬ ਇਹਦਾ ਰੇਟ ਜਿਹੜਾ ਹੈ 5,00,000 ਦੀ ਨੀਲੀ ਦੇ ਬਟਨ ਵੀ ਦੋਸਤਾਂ ਵੇਖ ਲੈਣੇ ਜੇ ਦੋਸਤ ਭਰਾ ਚੰਗੀ ਲੱਗੇ 4,75,000 ਦੀ ਰੱਖ ਲੈਣ 4,00,000 ਦੇ 4,75,000 ਦੀ ਨੰਬਰ 3 ਤੇ ਚੈੱਕ ਕਰਵਾਈਏ ਕੀਮਤ ਡਿਮਾਂਡ 4 ਦੁੱਧ ਜਿਹੜਾ ਪੱਕਾ 13 ਕਿਲੋ ਦੁੱਧ ਦੇ ਕੋਲ ਠੀਕ ਹੈ 4,75 4,75 ਬਿਹਤਰ ਹੋ ਗਿਆ ਅੱਗੇ ਬਾਈ ਲਿਆਓ ਜੀ ਨੰਬਰ 4 ਵਾਲੀ ਕਾਰਡ ਭਰਨਾ ਹੈ ਕਿਆ ਮਸਾ ਸੋਨਾ ਲਾਸਟ ਪਲੇ ਕਰ ਦੀ ਠੀਕ ਹੈ ਅੱਗੇ ਬਾਈ ਲਿਆਓ ਜੀ ਨੰਬਰ 4 ਵਾਲੀ ਹੈ ਬੰਨੀ ਜੋ ਇਹਦਾ ਜਾ ਕਿੱਥੇ ਵੀ ਰਾਸਾ ਪਹਿਲਾਂ ਜਾ ਨਹੀਂ ਜਾ ਤੇ ਮਰ ਗਿਆ
ਮਾਸ਼ਾਅੱਲਾ ਜੀ, ਅੱਜ ਦੀ ਵੀਡੀਓ ਦੀ ਟਾਪ ਕਲਾਸ ਝੋਟੀ ਹੈ, ਜਾਂ ਤਾਂ ਮਰ ਗਿਆ ਵੇ ਕਾਦਾ ਵਰੇ, ਹਾਈਟ ਦੀ ਚੰਗੀ ਹੈ ਥਣ, ਸੋਹਣੇ ਦੋਹਰੇ ਲੱਗੇ ਨੇ ਬਾਈ ਜਾਨ, ਸਕੂਨ ਨਾਲ ਈਜ਼ੀ ਹੋ ਗਏ ਜਾਨਵਰ ਡਰਾ ਰਹੇ ਨੇ ਤੁਹਾਨੂੰ ਸਾਰੇ। ਕਿਨਵਾਂ ਸੁਆ ਸੂਈ ਹੈ ਜੀ ਸਾਹਿਬ? ਦੂਸਰਾ ਸੁਆ ਸੂਈ ਜੇ ਹਲ ਕਾਹਦੇ ਬਾਈ ਟੋਰ ਕੇ ਲਿਆਓ ਸੁਬਾਹ, ਦੂਸਰਾ ਸੂਈ ਹੈ, ਕੱਦ ਬੜਾ ਸਾਰੀਆਂ ਝੋਟੀਆਂ ਦੀ, ਇੰਨੀ ਹਾਈਟ ਕੱਦ ਹੀ ਨਹੀਂ ਹੁੰਦਾ, ਲਿਬਾਸ ਵੀ ਦੋਸਤਾਂ ਵੇਖਣਾ ਵੇ, ਥਣ ਵੀ ਸੋਹਣੇ ਮੁੱਠੀ ਲੱਗੇ ਨੇ ਬਾਈ ਜਾਨ, ਖਿਲਾ ਰਿਹਾ ਹਾਂ, ਕਾਲੀਆਂ ਅੱਖਾਂ ਨੇ, ਚਿਹਰਾ ਵੀ ਦੋਸਤਾਂ ਵੇਖ ਲੈਣਾ। ਦਿਨ ਕਿੰਨੇ ਕੁ ਹੋ ਗਏ ਨੇ ਸੋਇਆਂ ਨੂੰ? ਅੱਜ 9 ਦਿਨ ਹੋ ਗਏ ਨੇ ਸੂਈ ਨੂੰ। 9 ਕੁ ਦਿਨ ਹੋ ਗਏ ਨੇ, ਜ਼ਿਆਦਾ ਵੀ ਮਰ ਗਿਆ, ਚਵਾਈ ਕਿੰਨੀ ਕਰਦੇ ਹੋ? ਚਵਾਈ ਆ ਦੀ ਦੋਵੇਂ ਟਾਈਮ ਭਾਰੇ ਦੇ ਭਰਾ ਸਾਹਿਬ। ਅੱਛਾ, ਟੀਕਾ ਤੇ ਨਹੀਂ ਲੈਂਦੀ? ਟੀਕਾ ਇੱਕ ਮਾਸਾ ਨਹੀਂ ਲੈਂਦੀ, ਪਹਿਲੇ ਦਿਨ ਉੱਥੋਂ ਲਿਆਂਦੀ ਭਾਰੇ ਦੀ ਲਿਆਂਦੀ ਮੈਂ ਵੀ। ਅੱਛਾ, ਇੱਥੇ ਵੀ ਕਿਹਨਾਂ ਦੇ ਭਾਰੇ ਦੇ ਝੋਣ ਲਿਆ ਨੂੰ? ਮਾਸ਼ਾਅੱਲਾ ਜੀ, ਆਹ ਜ਼ਰਾ ਥਣ ਦੋਸਤਾਂ ਵੇਖਣੇ ਨੇ, ਸੋਹਣੇ ਪਾਵਰਫੁਲ ਥਣ ਲੱਗੇ ਨੇ ਮਾਸ਼ਾਅੱਲਾ। ਸਾਹਿਬ ਦਾ ਚਵਾ ਜਿਹੜਾ ਨਾ, ਉਂਗਲ ਉਂਗਲ ਜਿਹੜਾ ਚਵਾ ਹੈ, ਜਦੋਂ ਚੋਣੀਆਂ ਜੀ ਤੇ ਨਿਤਰ ਪੈਣਾ ਚੱਲ ਗਏ। ਮਾਸ਼ਾਅੱਲਾ ਜੀ, ਜਿੰਨ ਥਣ ਮੋਟੇ ਨੂੰ ਜੀ ਚਵਾਈ ਮੋਟੀ ਬਿਹਤਰ ਹੋ ਗਿਆ ਜੀ, ਪੀੜੀ ਦੇ ਪਾਵੀ ਨੇ ਜੀ। ਆਹ ਮਾਸ਼ਾਅੱਲਾ ਜੀ, ਲਿਬਾਸ ਦੋਸਤਾਂ ਫਿਰ ਵੇਖ ਲੈਣਾ, ਦੁੱਧ ਕਿੰਨਾ ਦੱਸਿਆ ਬਾਈ ਸਾਹਿਬ? ਸਾਹਿਬ ਦੁੱਧ ਦੇ ਕੋਲ ਜਿਹੜਾ ਪੱਕਾ ਨਾ, 14 ਕਿਲੋ ਜਾ, ਵੇਖੋ ਸੋਹਣਾ ਲਿਬਾਸ। ਆਹ ਮਾਸ਼ਾਅੱਲਾ ਜੀ, ਠੀਕ ਹੈ, ਦੁੱਧ 14 ਕਿਲੋ, ਹਾਈਟ ਦੋਸਤਾਂ ਵੇਖ ਲੈਣੀ ਆ ਵੀ ਕਰਦਾ ਵਾਰ, ਕੀ ਰੇਟ ਹੈ ਬਾਈ ਸਾਹਿਬ? ਝੋਟੀ ਜਿਹੜੀ ਹੈ 5 ਲੱਖ ਦੀ ਹੈ, ਬੱਚਿਆਂ ਦਾ ਮਾਰ ਗਿਆ, ਜੇ ਦੋਸਤ ਭਰਾ ਚੰਗੀ ਲੱਗੇ ਤੇ 4,85,000 ਦੀ ਰੱਖ ਲੈ। 4,85,000 ਦੁੱਧ 14 ਕਿਲੋ, ਦੁੱਧ 14 ਕਿਲੋ ਦੇ ਕੋਲ ਜੀ ਬਿਹਤਰ ਹੋ ਗਿਆ। ਨੰਬਰ 4 ਤੇ ਚੈੱਕ ਕਰਵਾਈਏ, ਕੀਮਤ ਦੀ ਡਿਮਾਂਡ 4,85,000 ਥਾਂ ਦੋਸਤਾਂ ਫਿਰ ਵੇਖਣੇ ਨੇ, ਸੋਹਣੇ ਪਾਵਰਫੁਲ ਤੇ ਸੋਹਣੀ ਬਣ ਜੇ ਥਾਂ ਲੱਗੇ ਨੇ ਜੀ। ਮਜ਼ੀਦ ਕੋਈ ਦੋਸਤਾਂ ਵਾਸਤੇ ਪੈਗਾਮ ਭਾਈ ਉਸਾਮਾ? ਸਾਹਿਬ ਦੋਸਤਾਂ ਵਾਸਤੇ ਜੇ ਵੀਡੀਓ ਤੇ ਸਾਰਾ, ਅਸਲਾਮ ਅਲੈਕੁਮ ਸਾਹਿਬ, ਮਾਲ ਲਿਆਈਦਾ ਠੀਕ ਹੈ, ਇਹ ਕੋਈ ਵਿੱਚ ਥੋੜ੍ਹੀ ਮਸਰੂਫੀਅਤ ਰਹੀ ਸੀ, ਦੂਸਰਾ ਲਿਆਉਂਦੇ ਹੈ ਹੁੰਦੇ ਸਰ ਵਿਕ ਜਾਂਦਾ ਸੀ, ਇਹ ਕੋਈ ਵਿੱਚ 1-2 ਗਾਈ ਸੀ, ਇਹ ਵਾਲੀ ਖੰਗਰੀ, ਮੈਂ ਚਲਿਆ ਵੀ ਦੋਸਤਾਂ ਨਾਲ ਧਾਮਨ ਕਰਾ ਦਿੰਦੇ ਹਾਂ। ਇਹ ਝੋਟੀਆਂ ਨੇ 3 ਵੀ ਨਵੇਂ ਲਿਆਉਂਦੀਆਂ ਨੇ, ਇੱਕ ਖੰਗਰੀ ਵਿੱਚ, ਅਤੇ ਕੋਈ ਮਾਲ ਘਾਟਾ ਨਹੀਂ, ਦੋਸਤ ਭਰਾ ਉਹਨਾਂ ਡੇਰੇ 'ਤੇ ਆਣ ਕੇ 2 ਟਾਈਮ ਚੋ ਕੇ ਖੜਨ, ਜਿੰਨਾ ਤੋਂ ਦੱਸਿਆ ਉਹਦੇ ਤੋਂ ਵਧੇਗਾ ਘਟੇਗਾ ਨਹੀਂ, ਆਹ 2 ਟਾਈਮ ਆਣ ਕੇ ਚੋਣ ਤਸੱਲੀ ਕਰਨ ਅਤੇ ਫੇਰ ਕਰਨ, ਠੀਕ ਹੈ ਜੀ ਬਾਈ ਸਾਹਿਬ? ਬਹੁਤ ਸ਼ੁਕਰੀਆ ਜੀ, ਉਮੀਦ ਕਰਨੇ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਈ, ਇਜਾਜ਼ਤ ਚਾਹੁੰਦੇ ਹਾਂ, ਅੱਲਾ ਹਾਫਿਜ਼।